ਅਕਾਲ ਜੀ ਸਾਰਿਆਂ ਨੂੰ। ਗੋਰਾ ਕਰਦਾ ਵੇਲ ਫੱਟ ਅਤੇ ਇੱਧਰ ਆਪਣੇ ਲੱਗ ਗਿਆ ਸੀ, ਉਪਰਲੇ ਵੀ 2 ਕਿੱਲੇ ਲੱਗ ਗਿਆ, ਵੀ ਲੱਗ ਗਿਆ 3 ਕਿੱਲੇ, ਉਪਰਲੇ 4 ਕਿੱਲੇ ਚੱਜ ਲਾਉਂਦੇ ਪਏ ਸੀ ਅਤੇ 5-6 ਕਿੱਲੇ ਉੱਥੇ ਲੱਗ ਗਿਆ ਆਪਣੀ ਪੰਚਾਇਤੀ ਪਿਆਲੀ 'ਚ, ਅਤੇ 2.5 ਕਿੱਲੇ ਆ ਅੱਜ ਹੋ ਗਿਆ ਫੱਟ ਸਵੇਰੇ ਲਾ ਦੇਣਗੇ। ਉਹਦੇ 'ਚ ਰਹਿੰਦਾ ਕਿ 2-1.5-2 ਕਿੱਲੇ 4 ਕਿੱਲਿਆਂ 'ਚੋਂ। ਅਤੇ ਮੈਂ ਹੁਣ ਖੇਤ ਜ਼ਮੀਨ ਬਣ ਗਿਆ ਹੈ ਆਪਣੀ, ਉਹ 13 ਕਿੱਲੇ, ਉਹ ਸਾਹਮਣੇ ਰਾਜੂ ਲਾਈ ਜਾਂਦਾ ਕਿਰਾਇਆ, ਉਹ ਚੱਲਦਾ। ਅਤੇ ਉੱਥੇ ਨਾਲ ਨਾਲ ਪਾਣੀ ਪੈ ਜਾਂਦਾ ਸੀ ਅਤੇ ਅੱਜ ਵੱਤਰ ਆਈ ਸੀ ਉਹਦੇ ਬਾਅਦ, ਕਿਤੇ ਹੁਣ ਲਾ ਦੇ ਰਾਜੂ ਕਿਰਾਇਆ, ਦੁਬਾਰਾ ਖਾਲੇ ਥਾਣੀ ਪਾਣੀ ਲੰਘਿਆ ਵੀ ਅਤੇ ਉਹ ਪਾਣੀ ਨਹੀਂ ਪੈਂਦਾ ਖੇਤ ਦੇ ਵਿੱਚ। ਅਤੇ ਅੱਜ ਮੋਟਰਾਂ ਨਾਲ ਭਰੇ ਸੀ 2.5 ਕਿੱਲੇ, ਵਾਰੀ ਬਸ ਸੋਮਵਾਰ ਤੋਂ ਵਾਰੀਆਂ ਆਪਣੀਆਂ ਸ਼ੁਰੂ ਹੋ ਜਾਣੀਆਂ, ਉਸ ਦਿਨ ਫਿਰ ਫੱਡ ਹੋ ਜਾਊਗਾ। ਵਾਹਵਾ ਐਤਕੀ ਬਿਹਾਰੀ ਬਾਬੂ 17 ਜਣੇ ਆਏ ਆ, 17-18 ਜਣੇ ਚੰਗਾ ਕੰਮ ਨਿਬੇੜਦੇ ਪਏ ਆ। ਅਤੇ ਹੁਣ ਉਹ ਪਨੀਰੀ ਵੱਟੀ ਜਾਂਦੇ ਆ ਉਹ ਬੈਠੇ, ਟਰਾਲੀ ਤੋਂ ਜਾਲੀ ਲਾਹਤੀ ਸੀ, ਵੱਡੀ ਟਰਾਲੀ ਦੇ ਦਿੱਤੀ ਇਹਨਾਂ ਨੂੰ। ਇੱਕ ਜੀਪ ਵੀ ਆਪਾਂ ਅੱਜ ਲੈ ਆਉਂਦੀ ਘਰੇ, ਉਹਨੂੰ ਰੀਪੇਂਟ ਕਰਾਇਆ ਸੀ, ਬਾਡੀ ਤਾਂ ਨਹੀਂ ਚੇਂਜ ਕਰਾਈ, ਉਹਨੇ ਰੀਪੇਂਟ ਕਰਾਇਆ ਸੀ ਅਤੇ ਉਹ ਵੀ ਤੁਹਾਨੂੰ ਵਿਖਾਉਣੇ ਆ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਜੀਪ, ਕਲਰ ਪਹਿਲਾਂ ਤਾਂ ਹੋਰ ਜਿਹਾ ਲੱਗਦਾ ਸੀ, ਬਾਕੀ ਹੁਣ ਤਿਆਰ ਹੋਣ ਤੋਂ ਬਾਅਦ ਠੀਕ ਵਧੀਆ ਬਣ ਗਈ ਆ। ਅਤੇ ਜਿਹੜੇ ਵੀਰ ਨਵੇਂ ਨੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਬੈਲ ਦੇ ਆਈਕਨ ਨੂੰ ਦਬਾ ਲਿਓ। ਕਮਾਦ ਵਿਖਾਉਣੇ ਜੀ ਤੁਹਾਨੂੰ ਆਪਣਾ ਗੰਨਾ, ਅਤੇ ਪਾਣੀ ਮੇਰੇ ਹਿਸਾਬ ਗੋਰੇ ਨੇ ਗਾਂਹ ਛੱਡਤਾ, 6 ਵਜੇ ਲਾਈਟ ਚਲੀ ਜਾਣੀ ਸੀ, ਲਾਈਟ ਗਈ ਚਲੀ, ਸਾਰਾ ਭਰਿਆ ਪਿਆ। ਕਮਾਦ ਬਹੁਤ ਵਧੀਆ ਖੜਾ ਆਪਣਾ, ਇੱਧਰ ਪਾਣੀ ਪੈ ਜਾਂਦਾ ਥੋੜ੍ਹਾ ਜਿਹਾ, ਵੇਖੋ ਗੋਰਾ ਸੈਟਰ ਫੱਟ ਕਰਦਾ ਪਿਆ। ਬਸ ਥੋੜ੍ਹੇ ਰਹਿ ਗਿਆ, ਪੁੱਛਦੇ ਹਾਂ ਵੀ ਦੇਖੇ ਆ ਉੱਥੇ ਜਾਣਾ ਉਹਨੇ ਘਰੇ, ਅਤੇ ਮੈਂ ਕਰ ਲਈ ਨਾਲ ਫੱਟ ਘਰੇ, ਪਾਣੀ ਕਿਵੇਂ ਡਾਲ ਕੱਢਣਾ, ਅਤੇ ਨਾਲੇ ਜੀਪ ਤੁਹਾਨੂੰ ਸੋਣੇ ਆ ਕਿਵੇਂ ਬਣੀ ਆਪਣੀ। ਆਹ ਵੇਖੋ ਜੀ ਜੀਪ ਆਪਣੀ, ਅਤੇ ਦੱਸਿਓ ਕਿੱਦਾਂ ਲੱਗੀ ਆ, ਟਾਇਰ ਉਹੀ ਆ, ਲਾਈਵ ਵੀ ਉਹੀ ਆ ਆਪਣੇ, ਸੀਟਾਂ ਵੀ ਨਵੀਆਂ ਰਖਾ ਤੀਆਂ ਸੀ, ਅਤੇ ਹਜੇ ਛੋਟਾ ਛੋਟਾ ਰਹਿ ਗਿਆ ਵੈਸੇ ਸਮਾਨ, ਕੋਈ ਨਿੱਕਾ ਨਿੱਕਾ ਲਿਆਉਣ ਵਾਲਾ। ਅਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਕਲਰ, ਛਤਰੀ ਆਹ ਲਵਾਈ ਆ ਵੀ ਕਿਵੇਂ ਲੱਗਦੀ ਪਈ ਜੀਪ, ਜ਼ਰੂਰ ਦੱਸਿਓ। ਮਾਈ ਨਾਲ ਖੜੀ ਤਰਪਾਲ ਨਹੀਂ ਪਾੜੀ ਇਹ ਦਨੇਰੀ ਨਾਲ, ਕਮੈਂਟ ਕਰਕੇ ਜ਼ਰੂਰ ਦੱਸਿਓ ਕਲਰ ਕਿੱਦਾਂ ਦਾ ਲੱਗਿਆ, ਪਹਿਲਾਂ ਬੜਾ ਹੋਰ ਜਿਹਾ ਲੱਗਦਾ ਸੀ ਪਰ ਹੁਣ ਤਿਆਰ ਹੋਣ ਤੋਂ ਬਾਅਦ ਵਧੀਆ ਬਣ ਗਈ ਹੈ।